ब्रॉडवे तुहाडे विदेश जाण दे सुपनियां नूं देवेगा हकीकत दी उड़ान। सत श्री अकाल, स्वागत है जी सारिआं दा। कैनेडा ने नवे एसटीएस दे रूल्स ऐलान कीते, बहुत एक पॉजिटिव न्यूज़ मन्नी जा रही है, पर इहदे नाल ही स्टूडेंट्स दे सवालां दी वी झड़ी लग गई है। सो डिटेल दे विच शेयर करांगे तुहाडे नाल प्रेजेंटली किहड़ियां चीज़ां कन्फर्म ने ते किहनां नूं हजे कन्फर्म होण नूं थोड़ा जिहा टाइम लगेगा। अज दे साडे गैसट ने ब्रॉडवे इमीग्रेशन दे मैनेजिंग डायरेक्टर अमरजीत सिंह कंवर, बहुत बहुत स्वागत है। थैंक यू दीपक जी, प्रोग्राम देख रहे सारे दोस्तों नूं वी बोलो सत श्री अकाल। सो कंवर साहब, इस पहल नूं कैनेडा दी नूं किस तरीके नाल देखते हो ते किहड़ियां चीज़ां प्रेजेंटली क्लीयर ने ते किहनां वास्ते हजे थोड़ा जिहा वेट करना पवेगा? देखो, जिहड़ी पहल है वह शानदार है और इहदी लोड़ भी सी, बिकॉज हुण पीटी और आयल्स दोनों नैक टू नैक एग्जाम हो चुके हैं, ईवन द टॉयफल इज इक्वली गुड स्कोर, ਤਾਂ ਹੁਣ ਉਹ ਕਿਤੇ ਨਾ ਕਿਤੇ ਇਹਨਾਂ ਨੂੰ ਕੰਸਿਡਰ ਕਰਨਾ ਹੀ ਪੈਣਾ ਸੀਗਾ ਜਿਸ ਹਿਸਾਬ ਨਾਲ ਮਾਰਕੀਟ ਚੱਲ ਰਹੀ ਸੀ। ਸੋ ਉਹਨਾਂ ਨੇ ਕੰਸਿਡਰ ਕੀਤਾ, ਦੈਟ ਇਜ਼ ਐਪਰੀਸ਼ੀਏਬਲ। ਹੁਣ ਬੱਚਿਆਂ ਕੋਲ ਮਲਟੀਪਲ ਆਪਸ਼ਨ ਹੋ ਗਈਆਂ, ਉਹ ਕਿਸੇ ਇੱਕ ਟੈਸਟ ਜਿਹੜਾ ਉਹਨਾਂ ਨੂੰ ਬਲੈਕਮੇਲ ਨਹੀਂ ਕਰ ਸਕਦਾ ਮਾਰਕੀਟ ਦੇ ਵਿੱਚ, ਕਿਉਂਕਿ ਇਹ ਵੀ ਬੜੀਆਂ ਰੂਮਰ ਹੁੰਦੀਆਂ ਸੀਗੀਆਂ ਕਿ ਆਇਲਸ ਵਾਲੇ ਪੀਟੀ ਵਾਲੇ ਜਿਹੜੇ ਆਇਲਸ ਵਾਲੇ ਨੇ ਆਈਡੀਪੀ ਵਾਲੇ ਉਹ ਸਕੋਰ ਨਹੀਂ ਦਿੰਦੇ ਆ, ਜਾਣ ਕੇ ਘੱਟ ਦੇ ਦਿੰਦੇ ਨੇ ਇੱਕ ਚੋਂ, ਜਾਂ ਹਰ ਬੱਚਿਆਂ ਦੇ ਇੱਦਾਂ ਦੀਆਂ ਮਿਥ ਹੁੰਦੀਆਂ ਸੀ। ਹੁਣ ਉਹ ਮਿਥ ਟੁੱਟ ਜਾਣਗੀਆਂ ਕਿਉਂਕਿ ਹੁਣ ਉਹ ਆਇਲਸ 'ਚ ਨਹੀਂ ਆਉਂਦਾ, ਪੀਟੀ 'ਚ ਕਰ ਸਕਦੇ, ਪੀਟੀ ਨਹੀਂ ਆਉਂਦਾ ਟਾਈਫਲ ਕਰ ਸਕਦੇ ਆ। ਉਸ ਤੋਂ ਇਲਾਵਾ ਵੀ ਦੋ ਐਗਜ਼ਾਮ ਨੇ, ਸੇਲ ਦਾ ਐਗਜ਼ਾਮ ਹੈ, ਸਲਫਿਟ ਦਾ ਐਗਜ਼ਾਮ ਹੈ, ਚਲੋ ਉਹਨੂੰ ਆਪਾਂ ਵੱਖਰਾ ਵੀ ਰੱਖ ਲੈਂਦੇ ਹਾਂ, ਦੋ ਮੇਜਰ ਮਾਰਕੀਟ 'ਚ ਰਨਿੰਗ ਐਗਜ਼ਾਮ ਨੇ ਤਿੰਨ। ਸੋ ਹੁਣ ਜਿਹੜੇ ਕੀਤਾ ਉਹ ਬਹੁਤ ਵਧੀਆ ਕੀਤਾ। ਜਿਹੜੀ ਨਿਊਜ਼ ਆਈ ਹੈ ਉਹ ਵੀ ਮੈਂ ਵਰਡ ਟੂ ਵਰਡ ਦੱਸ ਦਿੰਦਾ, ਔਰ ਜਿਹੜੇ ਕਲੇਮ ਹੋ ਰਹੇ ਆ ਉਹ ਵੀ ਵੱਖਰੇ ਵੱਖਰੇ ਆ। ਰੂਮਰ ਹੈਗੇ, ਰੂਮਰ ਕੀ ਹੈ, ਆਈ ਡੀ ਪੀ ਦੀ ਵੈਬਸਾਈਟ ਕਹਿ ਰਹੀ ਹੈ ਜਾਂ ਉਹਨਾਂ ਨੇ ਇੱਕ ਵੀਡੀਓ ਵੀ ਬਣਾ ਕੇ ਪਾਇਆ ਕਿ 6 ਓਵਰਆਲ ਚਾਹੀਦਾ, ਮਤਲਬ 2-5.5 ਵੀ ਚੱਲਣਗੇ ਆਇਲਸ ਅਕੈਡਮੀ ਦਾ। ਸੋ ਉਹਨਾਂ ਦਾ ਕਹਿਣਾ ਆਈ ਸੀ ਸੀ ਦਾ, ਆਈ ਆਰ ਸੀ ਸੀ ਦਾ ਇਹ ਕਹਿਣਾ ਨਹੀਂ ਗਾ, ਆਈ ਡੀ ਪੀ ਨੇ ਇਹ ਵੀਡੀਓ ਪਾਇਆ, ਠੀਕ ਹੈ ਜੀ। ਦੂਸਰੇ ਪਾਸੇ ਪੀਅਰਸਨ ਨੇ ਵੀ ਇਹ ਅਪਡੇਟ ਪਾਇਆ ਕਿ ਓਵਰਆਲ 60 ਚਾਹੀਦਾ, ਮਤਲਬ ਈਚ ਦਾ ਮਸਲਾ ਨਹੀਂ ਹੈਗਾ। ਹੁਣ ਜਿਹੜੀ ਨਿਊਜ਼ ਆਈ ਸੀ, ਜਿਹੜਾ ਓਫੀਸ਼ੀਅਲ ਪੋਰਟਲ ਹੈ ਜਿੱਥੇ ਇਹ ਨਿਊਜ਼ ਆਉਂਦੀਆਂ ਨੇ, ਸੀ ਆਈ ਸੀ ਨਿਊਜ਼, ਇਹ ਤੁਸੀਂ ਜਾ ਕੇ ਨੈੱਟ 'ਤੇ ਸਰਚ ਕਰ ਸਕਦੇ ਹੋ, ਉੱਥੇ ਜਿਹੜੀਆਂ ਕਲੈਰਿਟੀਆਂ ਆਈਆਂ ਨੇ ਉਹਦੇ ਵਿੱਚ ਆਇਲਸ 6 ਈਚ ਲਿਖਿਆ ਗਿਆ ਪਰਿਭਾਸ਼ਾ ਦੇ ਵਿੱਚ। ਜਦੋਂ ਪੀ ਟੀ ਦਾ ਸਕੋਰ ਲਿਖਿਆ ਗਿਆ ਤਾਂ 60 ਮਿਨੀਮਮ ਲਿਖਿਆ ਗਿਆ। ਹੁਣ ਇਹ ਮਿਨੀਮਮ ਈਚ ਦਾ ਮਿਨੀਮਮ ਹੈ ਕਿ ਓਵਰਆਲ ਦਾ ਮਿਨੀਮਮ ਹੈ, ਐਡ ਡਿਫਾਈਨਡ ਨਹੀਂ ਹੈਗਾ। ਟੋਇਫਲ ਦਾ ਸਕੋਰ 83 ਲਿਖਿਆ ਗਿਆ, ਉਹਦੇ ਵਿੱਚ ਵੀ ਈਚ ਸੈਕਸ਼ਨ ਦਾ ਨਹੀਂ ਲਿਖਿਆ ਗਿਆ। ਹੁਣ ਇੱਥੇ ਮੈਂ ਤੁਹਾਨੂੰ ਇੱਕ ਚੀਜ਼ ਪਹਿਲਾਂ ਦੱਸ ਦਿੰਦਾ ਕਿ ਆਇਲਸ ਦਾ ਸਕੋਰ ਤੇ ਪੀ ਟੀ ਦਾ ਸਕੋਰ, ਇਹਦੇ 'ਚ ਕੀ ਹੁੰਦਾ, 4 ਮਡਿਊਲਾਂ ਦਾ ਟੋਟਲ, ਫਿਰ 4 ਨਾਲ ਡਿਵਾਈਡ ਤੇ ਐਵਰੇਜ ਜੋ ਵੀ ਸਕੋਰ ਬਣਦਾ ਉਹਨੂੰ ਆਪਾਂ ਓਵਰਆਲ ਸਕੋਰ ਕਹਿੰਦੇ ਹਾਂ। ਬਟ ਟੋਇਫਲ ਦੇ ਵਿੱਚ ਇਦਾਂ ਨਹੀਂ ਹੁੰਦਾ, ਉਹਦੇ ਵਿੱਚ 4 ਮਡਿਊਲਾਂ ਦਾ ਪਲੱਸ ਕਰਕੇ ਜੋ ਜੋੜ ਬਣਦਾ ਹੈ ਉਹ ਓਵਰਆਲ ਸਕੋਰ ਕਹਾਉਂਦਾ। ਸੋ ਉਹ 83। ਹੁਣ ਇਹਦੇ 'ਤੇ ਜਿਹੜੀ ਕਨਫਿਊਜ਼ਨ ਹੈ ਕਿ ਈਚ ਦੀ ਰਿਕੁਆਇਰਮੈਂਟ ਕੀ ਹੈ, ਓਵਰਆਲ ਦੀ ਕੀ ਹੈ, ਇਹਦੇ ਉੱਤੇ ਹਜੇ ਬੱਚਿਆਂ ਨੂੰ ਮੇਰੇ ਖਿਆਲ ਨਾਲ ਸਬਰ ਰੱਖਣਾ ਪਏਗਾ, ਕਿਉਂਕਿ ਇਹਦੀ ਐਗਜ਼ੀਕਿਊਸ਼ਨ ਹੋਣੀ ਹੈ 10 ਅਗਸਤ ਨੂੰ। ਸੋ ਡੈਫੀਨੇਟਲੀ ਜਦੋਂ ਇਹਦੀ ਐਗਜ਼ੀਕਿਊਸ਼ਨ ਹੋਣੀ ਹੈ, ਕੈਨੇਡਾ ਗਵਰਨਮੈਂਟ ਬਕਾਇਦਾ ਆਈ ਆਰ ਸੀ ਸੀ ਆਪਣੀ ਐਸ ਡੀ ਐਸ ਚੈੱਕ ਲਿਸਟ ਨੂੰ ਅਪਡੇਟ ਕਰੂ। ਜਦੋਂ ਐਸ ਡੀ ਐਸ ਚੈੱਕ ਲਿਸਟ ਨੂੰ ਅਪਡੇਟ ਕਰੇਗੀ ਤਾਂ ਉਹਦੇ ਵਿੱਚ ਇਹ ਰਿਊਮਰ ਕਲੀਅਰ ਹੋ ਜਾਣਗੇ ਕਿ ਇਹ ਸਕੋਰ ਚਾਹੇ ਆਈਲੈਟਸ ਦਾ 6 ਹੈ, ਪੀ ਟੀ ਦਾ 60 ਹੈ ਔਰ ਟੋਇਫਲ ਦਾ 83 ਹੈ, ਇਹ ਓਵਰਆਲ ਓਵਰਆਲ ਹੀ ਚਾਹੀਦੇ ਨੇ ਜਾਂ ਈਚ ਮਡਿਊਲ ਦਾ ਸੈਕਸ਼ਨ ਵੀ ਮੈਟਰ ਕਰੂਗਾ। ਇਹਦੀ ਕਲੈਰਿਟੀ ਹਜੇ ਨਹੀਂ ਹੋ ਸਕਦੀ 10 ਅਗਸਤ ਤੋਂ ਪਹਿਲਾਂ। ਸੋ ਹਜੇ ਤੁਸੀਂ ਇਹੀ ਮੰਨ ਕੇ ਚੱਲੋ ਕਿ ਅੱਜ ਦੀ ਡੇਟ 'ਚ ਜਿਹੜੀ ਫਾਈਲ ਲੱਗ ਰਹੀ ਹੈ ਉਹ ਅਗਰ ਆਲ 6 ਈਚ ਵਾਲੀ ਹੈ ਤਾਂ ਉਹ ਜਾ ਰਹੀ ਹੈ ਐਸ ਡੀ ਐਸ ਦੇ ਅੰਦਰ। ਇਸ ਤੋਂ ਇਲਾਵਾ ਤੁਹਾਡੇ ਕੋਲ ਕੁਛ ਵੀ ਹੈ ਤੇ ਕਿੰਨਾ ਵੀ ਸਕੋਰ ਹੈ ਉਹ ਫਾਈਲ ਨੋਨ ਐਸ ਡੀ ਐਸ। ਸੋ ਜਦੋਂ ਇਹ ਰੂਲ ਇੰਪਲੀਮੈਂਟ ਹੋਊਗਾ, ਵਿਚ ਇਜ਼ ਐਕਸਪੈਕਟਡਲੀ ਸੈਟ ਇਨ ਦਾ ਨਿਊਜ਼ ਕਿ 10th ਆਫ ਅਗਸਤ, ਔਰ ਉਹ 10th ਆਫ ਅਗਸਤ ਨੂੰ ਕਲੈਰਿਟੀਆਂ ਆਉਣਗੀਆਂ। ਉਹਦੇ ਵਿੱਚ ਇਹ ਬਿਲਕੁਲ ਜਿਹੜਾ ਮਿਥ ਹੈ, ਜਿਹੜਾ ਇੱਕ ਭਰਮ ਬਣ ਗਿਆ, ਜਿਹੜੀ ਇੱਕ ਕਨਫਿਊਜ਼ਨ ਬਣ ਗਈ ਹੈ, ਇਹ ਟੋਟਲੀ ਕਲੀਅਰ ਹੋ ਜੂਗੀ। ਔਰ ਉਮੀਦ ਹੈ ਪੂਰੀ ਹੈ ਕਿ 6 ਓਵਰਆਲ ਹੋ ਜੂਗਾ, ਪੀ ਟੀ 60 ਓਵਰਆਲ ਹੋ ਜੂਗਾ ਔਰ 83 ਓਵਰਆਲ ਰਹੂਗਾ। ਈਚ ਮਡਿਊਲਾਂ ਦੇ ਸੈਕਸ਼ਨ ਦਾ ਮਸਲਾ ਆਉਣ ਵਾਲੇ ਦਿਨਾਂ 'ਚ ਕੈਨੇਡਾ ਦੀ ਲਿਸਟ 'ਚੋਂ ਖਤਮ ਹੋ ਸਕਦਾ ਹੈ। ਇਹ ਮੈਂ ਕਹਿ ਰਿਹਾ ਰਿਊਮਰ ਹੈ, ਇਹ ਵੀ ਇੱਕ ਹਵਾ ਚੱਲ ਰਹੀ ਹੈ ਬੈਕ ਸਾਈਡ, ਜਿਹੜੀ ਹਜੇ ਨਿਊਜ਼ ਨਹੀਂ ਬਣੀ ਹੈ, ਬਟ ਇੱਦਾਂ ਹੋ ਸਕਦਾ ਹੈ। ਬਟ ਇਹਦੀ ਮੈਂ ਕੋਈ ਪ੍ਰੋਮਿਸ ਜਾਂ ਵਾਅਦਾ ਤੁਹਾਡੇ ਨਾਲ ਨਹੀਂ ਕਰ ਰਿਹਾ। ਸੋ ਕਲੈਰਿਟੀ 10 ਅਗਸਤ ਨੂੰ ਹੋਣੀ ਹੈ, ਉਸ ਤੋਂ ਪਹਿਲਾਂ ਇਸ ਟੌਪਿਕ ਦੇ ਉੱਤੇ ਬੈਸਣਾ
ਕਿਸੇ ਦੇ ਵੀ ਵੀਡੀਓ ਤੇ ਕਮੈਂਟ ਕਰ ਲੈਣਾ, ਉਹ ਐਂਟਰਟੇਨਮੈਂਟ ਕਰ ਸਕਦੇ ਆ, ਬਟ ਉਹਦਾ ਸਹੀ ਇਨਫੋਰਮੇਸ਼ਨ ਜਿਹੜੀ ਆ ਉਹ ਬਾਅਦ ਚ ਮਿਲੂਗੀ। ਪੀਅਰਸਨ ਦੀ ਵੈਬਸਾਈਟ ਚੈੱਕ ਕਰਨ ਨਾਲ ਆਇਲਸ ਦੀ ਵੈਬਸਾਈਟ ਚੈੱਕ ਕਰਨ ਨਾਲ ਇਹਦੀ ਕਨਫਰਮੇਸ਼ਨ ਨਹੀਂ ਗੀ। ਕਨਫਰਮੇਸ਼ਨ ਜੋ ਆਈਆਰਸੀਸੀ ਕਹੇਗਾ, ਜੋ ਕੈਨੇਡਾ ਹਾਈ ਕਮਿਸ਼ਨ ਕਹੇਗਾ, ਫਾਈਨਲ ਸ਼ਬਦ ਉਹੀ ਹੋਣਗੇ ਤੇ ਉਹਨਾਂ ਨੇ ਹਜੇ ਆਪਣੇ ਫਾਈਨਲ ਸ਼ਬਦ ਡਿਸਕਲੋਜ਼ ਇਸ ਮੈਟਰ ਤੇ ਨਹੀਂ ਕੀਤੇ। ਸੋ ਕਵਰ ਸਰ, ਸਭ ਤੋਂ ਪਹਿਲਾਂ ਤੁਸੀਂ ਕਿਹਾ ਕਿ ਵਧੀਆ ਗੱਲ ਹੈ, ਗੁੱਡ ਨਿਊਜ਼ ਹੈ, ਸੋ ਉਹਦੇ ਬਿਹਾਫ ਤੇ ਮੈਂ ਇੱਕ ਗੱਲ ਪੁੱਛਣੀ ਚਾਹੂੰਗਾ। ਲੱਗਦਾ ਹੈ ਹੁਣ ਆਉਣ ਵਾਲੇ ਦਿਨਾਂ 'ਚ ਕੈਨੇਡਾ ਵੱਧ ਬੱਚੇ ਜਾ ਸਕਣਗੇ? ਸਰ, ਇਕੱਲੇ ਕੈਨੇਡਾ ਨਹੀਂ ਜਾਣਗੇ, ਹਰ ਕੰਟਰੀ ਐਜੂਕੇਸ਼ਨ ਇੰਡਸਟਰੀ ਨੂੰ ਕੈਸ਼ ਕਰਨ ਤੇ ਲੱਗੀ ਹੋਈ ਹੈ। ਚਾਹੇ US ਹੈ, ਜਿੱਥੇ ਇੰਨਾ ਸਕਸੈਸ ਰੇਟ ਪਹਿਲਾਂ ਨਹੀਂ ਸੀ ਹੁੰਦਾ ਔਰ ਅੱਜ ਦੀ ਡੇਟ 'ਚ ਸਭ ਤੋਂ ਜ਼ਿਆਦਾ ਵੀਜ਼ੇ ਦੇਖਣ ਨੂੰ ਮਿਲ ਰਹੇ, ਔਰ ਚਾਹੇ UK ਹੈ ਜਿਹਨੇ ਆਪਣਾ ਸਿਸਟਮ ਵਿਦਆਊਟ ਆਈਲੈਟਸ ਤੱਕ ਵੀ ਰਿਲੈਕਸ ਕੀਤਾ ਹੋਇਆ ਕੁਛ ਸਿਲੈਕਟਡ ਪ੍ਰੋਫਾਈਲਸ ਦੇ ਉੱਤੇ, ਔਰ ਚਾਹੇ ਹੁਣ ਕੈਨੇਡਾ ਔਰ ਆਸਟ੍ਰੇਲੀਆ ਵੀ। ਇਹ ਜਿਹੜੀ 27 ਆਈ ਹੈ, ਲੰਬੀ ਨਹੀਂ ਰਹਿਣ ਵਾਲੀ, ਹਾਰਡਲੀ 5-6 ਮਹੀਨੇ ਇੱਕ ਇਨਟੇਕ ਦੀ ਗੱਲ ਹੈ। ਇਹਦੇ ਬਿਨਾਂ, ਸਟੂਡੈਂਟਸ ਦੇ ਬਿਨਾਂ ਸਰਦਾ ਇਹਨਾਂ ਕੰਟਰੀਆਂ ਦਾ ਵੀ ਨਹੀਂ ਗਾ, ਕਿਉਂਕਿ ਜੇ ਇਹ ਬੱਚੇ ਨਹੀਂ ਚੱਕਣਗੇ ਤੇ ਕਾਲਜਾਂ ਦੀਆਂ ਤਨਖਾਹਾਂ ਪੱਲਿਓਂ ਹੀ ਭਰਨਗੇ। ਸੋ ਬੇਫਿਕਰ ਰਹੋ, ਜੋ ਵੀ ਸਿਸਟਮ ਹੈ ਉਹ ਤੁਹਾਡੇ ਹੱਕ 'ਚ ਹੀ ਆਊਗਾ, ਫੇਵਰ 'ਚ ਹੀ ਆਊਗਾ, ਔਰ ਆਉਣ ਵਾਲਾ ਭਵਿੱਖ ਇੰਟਰਨੈਸ਼ਨਲ ਸਟੂਡੈਂਟ ਦੇ ਬਹੁਤ ਜ਼ਿਆਦਾ ਫੇਵਰ 'ਚ। ਸੋ ਬਹੁਤ ਸਾਰੇ ਸਟੂਡੈਂਟਸ ਕਮੈਂਟ ਦੇ ਵਿੱਚ ਪੁੱਛ ਰਹੇ ਨੇ, ਮੈਂ PTE ਕੀਤੀ ਹੋਈ ਹੈ, ਕੀ ਮੈਂ 10 ਅਗਸਤ ਤੱਕ ਵੇਟ ਕਰਾਂ? ਦੇਖੋ, ਬਿਲਕੁਲ ਮੇਰੀ ਇਹ ਐਡਵਾਈਸ ਹੈ, ਜਿਹੜਾ ਬੱਚਾ 60 ਦੇ ਸਕੋਰ ਨੂੰ ਟੱਚ ਕਰ ਰਿਹਾ ਉਹ ਜ਼ਰੂਰ ਵੇਟ ਕਰੇ, ਜਿਹੜਾ 60 ਦੇ ਸਕੋਰ ਨੂੰ ਟੱਚ ਨਹੀਂ ਕਰ ਰਿਹਾ ਉਹ 60 ਦੇ ਸਕੋਰ ਟੱਚ ਕਰਨ ਦੀ ਕੋਸ਼ਿਸ਼ ਕਰੇ, ਔਰ ਜਿਹਦੇ ਕੋਲ ਟੱਚ ਹੋ ਹੀ ਨਹੀਂ ਰਿਹਾ ਫਿਰ ਉਹਦੇ ਰੁਕਣ ਦਾ ਕੋਈ ਫਾਇਦਾ ਨਹੀਂ, ਉਹ ਆਪਣੀ ਫਾਈਲ ਲੌਂਚ ਕਰ। ਸੋ ਸਟੂਡੈਂਟਸ, ਬਹੁਤ ਤੇਜ਼ੀ ਨਾਲ ਜਿਹੜੇ ਅਪਡੇਟ ਆ ਰਹੇ ਨੇ ਕੈਨੇਡਾ ਦੇ, ਇਹਨਾਂ 'ਤੇ ਕਲੈਰਿਟੀ ਵੀ ਆਊਗੀ, ਸੋ ਲਗਾਤਾਰ ਅਸੀਂ ਇਹਦੇ 'ਤੇ ਅਪਡੇਟਸ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ। ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ। ਸਤਿ ਸ਼੍ਰੀ ਅਕਾਲ। ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ।